मेरा नाम दिलबाग सिंह, पत्ती बाबा जीवन सिंह सुल्तानवंड, मेरे फादर साहब का नाम कुलविंदर सिंह। ਭਾਜੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਨਾਲ ਜਿਹਦੇ ਤੁਹਾਡੇ ਨਾਲ ਮਾਰਕੁੱਟ ਕੀਤੀ ਜਾ ਰਹੀ ਹੈ, ਕੀ ਹੈ ਅਤੇ ਕੌਣ ਹੈ ਜਿਹਨਾਂ ਨੇ ਮਾਰਕੁੱਟ? ਇਹ ਇੱਥੇ ਹੈਪੀ ਹੈਪੀ ਗਾ ਹੈ ਅਤੇ ਉਹਨੇ ਮੈਨੂੰ ਬਹੁਤ ਗਲਤ ਹਰਾਸਮੈਂਟ ਕੀਤਾ। ਇਹ ਪੰਜ ਜਣੇ ਟੋਟਲ ਨੇ, ਵਿਕਰਮਜੀਤ ਸਿੰਘ ਹੈਪੀ ਆ, ਉਹਨੇ ਪਹਿਲਾਂ ਬੁਲਾਰੋ ਗੱਡੀ 'ਚ ਸੁੱਟਿਆ ਮੈਨੂੰ ਇਹਨਾਂ ਨੇ ਚੱਲਦੇ ਬੁਲਾਲ ਦੀ ਪੱਤੀ ਤੋਂ, ਉਸੇ ਮੇਰੇ ਵਾਲਾਂ ਖੋ ਖੋ ਕੇ ਇਹਨਾਂ ਨੇ ਬਹੁਤ ਬੁਲਾਰੋ 'ਚ ਜਲੀਲ ਕਰਦੇ। ਉਸ ਤੋਂ ਘਰ ਜਾ ਕੇ ਮੇਰੇ ਕੱਪੜੇ ਉਤਾਰ ਕੇ ਮੈਨੂੰ ਮੂੰਹ 'ਚ ਪਾ ਕੇ ਪਿਸ਼ਾਬ ਵੀ ਪਿਲਾਇਆ ਇਹਨਾਂ ਨੇ। ਉਹ ਵੀਡੀਓ ਇਹਨਾਂ ਨੇ ਵਾਇਰਲ ਨਹੀਂ ਕੀਤੀ, ਉਹ ਇਹਨਾਂ ਕੋਲ ਪਾਸ ਗਈ ਪੰਜਾਂ ਜਣੇ ਕੋਲ। ਉਸ ਤੋਂ ਬਗੈਰ ਤਾਂ ਇਹਨਾਂ ਰਿਵਾਲਵਰ ਦੀ ਨੌਕ ਦੇ ਉੱਤੇ ਹੀ ਸਭ ਕੁਝ ਕੀਤਾ ਮੇਰੇ ਨਾਲ। ਉਸ ਤੋਂ ਬਾਅਦ ਕੰਧ ਨਾਲ ਲਗਾ ਕੇ, ਜੋ ਤੁਸੀਂ ਦੇਖਿਆ ਸੋਸ਼ਲ ਮੀਡੀਆ 'ਤੇ ਕਿਸ ਤਰ੍ਹਾਂ ਮੈਨੂੰ ਚਪੇੜਾ ਮਾਰਿਆ, ਕਹਿ ਆਪਣੀ ਕੁੜੀ ਦੀ, ਕਹਿ ਆਪਣੀ ਮਾਂ ਦੀ, ਕਹਿ ਆਪਣੀ ਭੈਣ ਦੀ, ਕਹਿ ਹੈਪੀ ਤੇਰੀ ਬੁੰਡ ਵੀ ਲੈ ਸਕਦਾ, ਤੁਸੀਂ ਸਭ ਕੁਝ ਦੇਖਿਆ ਹੀ ਆ। ਮੈਂ ਉਸ ਟਾਈਮ ਬਹੁਤ ਸਹਿਮਿਆ ਹੋਇਆ ਸੀ, ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ ਸੀ, ਕਿਉਂਕਿ ਮੈਂ ਇਹਨਾਂ ਦੇ ਜਾਲ ਵਿੱਚ ਫਸਿਆ ਸੀ ਕਿ ਇਹਨਾਂ 'ਤੇ ਪਹਿਲਾਂ ਵੀ ਦੋ ਤਿੰਨ ਪਰਚੇ ਕਿਡਨੈਪਿੰਗ ਦੇ ਨੇ, 420 ਦੇ ਪਰਚੇ ਨੇ ਇਹ ਪੰਜਾਂ ਜਣੇ ਦੇ। ਕਾਰਨ ਕੀ ਸੀ, ਕਿਉਂ ਕਿਡਨੈਪਿੰਗ ਕਰਨ? ਕਾਰਨ ਇਹ ਜੇ ਸਿਰਫ ਮੇਰੀ ਥੋੜ੍ਹਾ ਜਿਹਾ ਕਮੈਂਟ ਕਮੁੰਟ ਲਿਖਦਾ ਸੀ ਜਾਂ ਮੈਂ ਕੋਈ ਵੀਡੀਓ ਕਹਿੰਦੀ ਸੀ, ਮੈਂ ਮਾੜੀ ਸੈਂਡ ਕਰ ਦਿੰਦਾ ਸੀਗਾ, ਇਹੋ ਸੀ, ਹੋਰ ਕੋਈ ਨਹੀਂ ਸੀ। ਮੁੱਦਿਆਂ ਨੂੰ ਲੈ ਕੇ ਵੀਡੀਓ ਸੈਂਡ ਕਰ ਦਿੰਦੇ? ਹਾਂਜੀ, ਜਿਸ ਤਰ੍ਹਾਂ ਬਰਗਾੜੀ ਕਾਂਡ ਹੋ ਗਿਆ, ਕੁਝ ਵੀ ਹੋ ਗਿਆ, ਆਹ ਚੀਜ਼ਾਂ ਹੁੰਦੀਆਂ ਸੀ। ਸਾਡਾ ਕੋਈ ਸਿੱਖ ਧਰਮ ਹੈ, ਅਸੀਂ ਵੀ ਕੁਝ ਕਰ ਹੀ ਸਕਦੇ ਹਾਂ। ਉਸ ਚੀਜ਼ ਨੂੰ ਲੈ ਕੇ ਤੁਹਾਡੇ ਉਸ ਚੀਜ਼ ਤੋਂ ਲੈ ਕੇ ਮੈਨੂੰ ਬੜੇ ਦਿਨ ਤੋਂ ਧਮਕੀਆਂ ਲਗਾ ਰਹੇ ਸੀ ਵਟਸਐਪ ਦੇ ਉੱਤੇ ਕਿ ਤੂੰ ਬੰਦੇ ਦੇ ਪੁੱਤ ਬਣ ਜਾ, ਤੈਨੂੰ ਸੋਧਾ ਲਾਵਾਂਗੇ। ਮੇਰੇ ਕੋਲ ਤੁਹਾਡੀ ਵੀਡੀਓ ਵੀ ਖਿੱਚੀ, ਜਦੋਂ ਘਰ ਆ ਕੇ ਇਹਨਾਂ ਨੇ ਕਿਹਾ ਤੇ ਕੁੜੀ ਨੂੰ ਉਦੋਂ ਹੀ ਗਾਲਾਂ ਕੱਢੀਆਂ ਤੇ ਕਹਿੰਦੇ ਗੋਲੀ ਮਾਰ ਦੇਣੀ, ਉਹ ਵੀ ਮੇਰੇ ਕੋਲ ਵੀਡੀਓ ਪ੍ਰੂਫ ਹੈ। ਉਸ ਟਾਈਮ ਤੇ ਮੈਂ ਮੇਰੇ ਕੋਲ ਕੋਈ ਪ੍ਰੂਫ ਨਹੀਂ ਗਾ ਸੀ, ਇਹਨਾਂ ਸ਼ੁਕਰਵਾਰ ਆਪੇ ਵੀਡੀਓ ਵਾਇਰਲ ਕਰਕੇ, ਜੋ ਨੰਗੀ ਵੀਡੀਓ ਉਹ ਇਹਨਾਂ ਕੋਲ ਆ ਉਹ ਵਾਇਰਲ ਨਹੀਂ ਕੀਤੀ। ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ, ਮੀਡੀਆ ਨੂੰ ਬੇਨਤੀ ਕਰੂੰਗਾ, ਉਹ ਇਹਨਾਂ ਕੋਲ ਕਢਵਾ ਲਓ, ਜੇ ਉਹ ਇਹਨਾਂ ਨੇ ਵਾਇਰਲ ਕਰਤੀ ਤਾਂ ਮੈਂ ਕਿਸੇ ਥਾਂ ਮੂੰਹ ਦਿਖਾਉਣ ਜੋਗਾ ਨਹੀਂ ਰਹਿ ਜਾਣਾ। ਅਤੇ ਮੈਂ ਇਨਸਾਫ ਕਰਦਾ, ਪਰਚਾ ਦਰਜ ਹੋ ਗਿਆ, ਪੁਲਿਸ ਪ੍ਰਸ਼ਾਸਨ ਬਹੁਤ ਬਹੁਤ ਧੰਨਵਾਦ। ਅਤੇ ਮੈਂ ਇਹਨਾਂ ਨੂੰ ਇਹੋ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਹੋਵੇ, ਇਹ ਬੰਦਿਆਂ ਨੂੰ ਰੋਕਿਆ ਜਾਵੇ ਜੁਰਮ ਤੋਂ। ਹਾਲੇ ਤੱਕ ਵੀ ਮੈਨੂੰ ਫੋਨ ਆ ਰਿਹਾ ਕਿ ਤੂੰ ਬਹਿ ਜਾ, ਨਹੀਂ ਤਾਂ ਅਸੀਂ ਤਾਂ ਜਮਾਨਤ ਕਰਾ ਹੀ ਲੈਣੀ ਆ, ਕਿ ਅੱਜ ਅਸੀਂ ਜਮਾਨਤ ਕਰਾਉਣ ਚਲੇ ਗਏ ਹਾਂ, ਇਨਕੁਆਇਰੀ ਲਾ ਦੀ, ਪ੍ਰੈਸ ਕਾਨਫਰੰਸ ਕਰਾ ਦੀ। ਮੈਨੂੰ ਪਤਾ ਨਹੀਂ, ਮੈਂ ਤਾਂ ਆਪਣੇ ਘਰੋਂ ਬਾਹਰ ਨਹੀਂ ਸੀ ਉੱਦਾਂ ਨਿਕਲਿਆ, ਕਿਉਂਕਿ ਮੈਨੂੰ ਆਪਣੇ ਪਰਿਵਾਰ ਵੇਖੋ, ਮੈਂ ਨਿੱਕੇ ਨਿੱਕੇ ਨਿਆਣੇ, ਮੈਂ ਇਹਨਾਂ ਨਾਲ ਲੜ ਨਹੀਂ ਸਕਦਾ। ਮੈਂ ਗਰੀਬ ਪਰਿਵਾਰ ਤੋਂ ਕਿਰਾਏ 'ਤੇ ਰਹਿ ਰਿਹਾ, ਇਹ ਸਾਰੇ ਜੱਟ ਨੇ, ਤੁਹਾਨੂੰ ਪਤਾ ਹੀ, ਮੈਂ ਤਾਂ ਰੋਟੀ ਖਾਣ ਦਾ ਗਰੀਬ ਬੱਚਾ ਹਾਂ। ਜੀ ਸਰ, ਕੀ ਮਾਮਲਾ ਸਾਰਾ ਜਿਹੜਾ ਮਾਮਲਾ ਸਾਹਮਣੇ ਆਇਆ, ਮਾਰਕੁੱਟ ਕੀਤੀ ਹੈ? ਇਹ ਮਸਲਾ ਇਹ ਹੈ ਜੀ ਕਿ ਸੁਲਤਾਨਵਿੰਡ ਪਿੰਡ ਦੇ ਵਿੱਚ ਇੱਕ ਦਿਲਬਾਗ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਹੈ। ਇਹ ਸਾਡੇ ਕੋਲ ਕੱਲ੍ਹ ਇਹ ਈਵਨਿੰਗ ਦੇ ਵਿੱਚ ਆਇਆ ਸੀ, ਇਹਨੇ ਸਾਨੂੰ ਇੱਕ ਵੀਡੀਓ ਦਿਖਾਈ ਜਿਹਦੇ ਵਿੱਚ ਵੀਡੀਓ ਬਣੀ ਹੈ ਕਿ ਇਸ ਦੇ ਨਾਲ ਕੋਈ ਵਿਅਕਤੀ ਜਿਹੜਾ ਕੁੱਟਮਾਰ ਕਰ ਰਿਹਾ। ਉਸ ਦੇ ਬਾਰੇ ਇਹਨੇ ਸਾਨੂੰ ਆਪਣੀ ਸਟੇਟਮੈਂਟ ਦਿੱਤੀ, ਆਪਣੀ ਸਟੇਟਮੈਂਟ ਦੇ ਵਿੱਚ ਇਹਨੇ ਜੋ ਵੀ ਕੁਛ ਲਿਖਵਾਇਆ ਅਤੇ ਉਹਦੀ FIR ਦਰਜ ਹੋਈ ਹੈ ਜੀ। ਉਹ FIR 4-5 ਬੰਦਿਆਂ 'ਤੇ ਦਰਜ ਹੋਈ ਹੈ, FIR ਬਾਏ ਨੇਮ, ਐਂਡ FIR ਦਰਜ ਕਰਨ ਤੋਂ ਬਾਅਦ ਅਸੀਂ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਨਹੀਂ, ਸਾਨੂੰ ਉਹਨੇ ਇਹੋ ਸਟੇਟਮੈਂਟ ਦਿੱਤੀ ਹੈ ਕਿ ਮੈਂ ਪਿੰਡ 'ਚ ਰਹਿੰਦਾ ਹਾਂ, ਵੀ ਫਲਾਨੇ ਫਲਾਨੇ ਬੰਦੇ ਜਿਹੜੇ, ਮੈਂ ਫਲਾਨੀ ਤਰੀਕ ਨੂੰ ਇੱਦਾਂ ਜਾ ਰਿਹਾ ਸੀਗਾ ਅਤੇ ਉਹਨਾਂ ਨੇ ਮੈਨੂੰ ਜੀ ਧੱਕੇ ਨਾਲ ਗੱਡੀ 'ਚ ਸੁੱਟ ਕੇ ਅਤੇ ਆਪਣੇ ਘਰ ਲੈ ਗਿਆ। ਇੱਕ ਵਿਅਕਤੀ ਉਹਨਾਂ 'ਚ ਜਿਹੜਾ ਉਹ ਵੀਡੀਓ 'ਚ ਦਿਖ ਰਿਹਾ, ਉਹ ਆਪਣੇ ਘਰ ਲੈ ਗਿਆ ਅਤੇ ਉੱਥੇ ਜਾ ਕੇ ਉਹਨੇ ਜੋ ਵੀ ਵੀਡੀਓ 'ਚ ਦਿਖਦਾ ਉਹ ਯੋਜਨਾ ਸਰਕਤ ਕੀਤੀ ਹੈ ਜੀ। ਇੰਨਾ ਹੀ ਉਹਨੇ ਦੱਸਿਆ। ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਕੁਝ ਆਇਆ? ਇਨਵੈਸਟੀਗੇਸ਼ਨ ਅਜੇ ਸ਼ੁਰੂ ਕਰਤੀ, FIR ਕੱਲ੍ਹ ਰਾਤ ਨੂੰ ਦਰਜ ਹੋਈ ਹੈ ਜੀ। ਅੱਗੇ ਦੇਖੋ ਇਨਵੈਸਟੀਗੇਸ਼ਨ ਕਰਾਂਗੇ, ਕੀ ਸਾਹਮਣੇ ਆਉਂਦਾ ਆਪੇ ਪਤਾ ਲੱਗ ਜਾਏਗਾ ਜੀ ਸੱਚਾਈ ਦਾ।